ਵੈਸੇ ਵੀ ਆਉਂਦਾ ਇਹਦੇ ਨਾਲ ਮੱਥਾ ਟੇਕਣ ਲਈ, ਅਜੇ ਗੁਰੂ ਸਾਹਿਬ ਦੇ ਕੋਲ ਆਏ ਮੱਥਾ ਟੇਕਣਾ ਹੈ ਔਰ ਅਰਦਾਸ ਕਰਨਾ ਹੈ। ਮੈਂ ਨਹੀਂ ਆਉਂਦਾ, ਸਾਰਾ ਕਿੰਨੀ ਸੰਗਤ ਆਉਂਦੀ ਹੈ, ਸਾਰੇ ਸਿੱਖ ਆਉਂਦੇ ਨੇ, ਪਰ ਜਦੋਂ ਕੋਈ ਪੋਲੀਟੀਕਲ ਬੰਦਾ ਆ ਜਾਂਦਾ ਉਦੋਂ ਤੁਸੀਂ ਵੀ ਦੌੜ ਕੇ ਆ ਜਾਂਦੇ ਹੋ, ਇਸ ਕਰਕੇ ਉਹਨਾਂ ਜਿਹੜੀ ਆਮ ਸੰਗਤ ਹੈ ਉਹਨਾਂ ਦਾ ਵੀ ਜ਼ਰੂਰ ਇੰਟਰਵਿਊ ਲਿਆ ਕਰੋ ਕਿ ਕਿਉਂ ਮੱਥਾ ਟੇਕਣ ਆਇਓ। ਰੰਧਾਵਾ ਸਾਹਿਬ, ਦਿਨੋਂ ਦਿਨ ਜਿਹੜੇ ਕਤਲ ਹੋ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਹੋਇਆ, ਚੰਡੀਗੜ੍ਹ ਦੇ ਮੁਹਾਲੀ ਦੇ ਵਿੱਚ ਹੋਇਆ, ਕਿੱਦਾਂ ਦੇਖ ਰਹੇ ਹੋ? ਦੇਖੋ, ਮੈਂ ਇਹਨੂੰ ਬੜਾ ਸੀਰੀਅਸਲੀ ਦੇਖ ਰਿਹਾ। ਇਹਦੇ 'ਚ ਬੜਾ ਵੱਡਾ ਕੁਐਸਚਨ ਮਾਰਕ ਆ, ਬੜੀ ਵੱਡੀ ਇਹਦੇ ਉੱਤੇ ਵੱਖ ਵੱਖ ਜਿਹੜੀਆਂ ਚੀਜ਼ਾਂ ਦੇ ਉੱਤੇ ਪਹਿਲੂਆਂ ਦੇ ਉੱਤੇ ਸਾਨੂੰ ਇਹਨੂੰ ਖੋਖਣਾ ਪਏਗਾ, ਇਹਦੇ 'ਤੇ ਧਿਆਨ ਦੇਣਾ ਪਏਗਾ, ਪੁਲਿਸ ਨੂੰ ਹੋਰ ਸਟਰੋਂਗ ਕਰਨਾ ਪਏਗਾ, ਉਹਨਾਂ ਦਾ ਸਿਕਿਊਰ ਕੱਸਣਾ ਪਏਗਾ। ਸਿਕਿਊਰ ਮੈਂ ਇਸ ਕਰਕੇ ਕਿਹਾ ਕਿ ਇਹ ਜਿਹੜੀਆਂ ਵਾਰਦਾਤਾਂ, ਡੇ ਲਾਈਟ ਮਰਡਰ, ਡੇਰਾ ਬਾਬਾ ਨਾਨਕ ਦਾ ਮਰਡਰ ਹੋਇਆ, ਫਤਿਹਗੜ੍ਹ ਚੂੜੀਆਂ ਹੋਇਆ, ਫਿਰ ਉਹਦੇ ਬਾਅਦ ਅੰਮ੍ਰਿਤਸਰ 'ਚ ਹੋ ਗਿਆ, ਉਹਦੇ ਬਾਅਦ ਇੱਥੇ ਹੋਣਾ ਚੰਡੀਗੜ੍ਹ ਦੇ ਮੋਹਾਲੀ ਦੇ ਵਿੱਚ ਕਤਲ ਹੋਣਾ, ਇਹ ਸਾਡੇ ਲਈ ਬੜੀ ਮੈਂ ਕਹੂੰਗਾ ਕਿ ਸ਼ਰਮ ਵਾਲੀ ਗੱਲ ਹੈ ਕਿ ਇਹਨਾਂ ਕਤਲਾਂ ਨੂੰ ਰੋਕਣਾ ਔਰ ਜਿਨ੍ਹਾਂ ਜ਼ਿਲ੍ਹਿਆਂ 'ਚ ਹੋਏ ਨੇ ਉਹਨਾਂ ਆਫਿਸਰਾਂ ਦੇ ਉੱਤੇ ਵੀ ਸਖ਼ਤ ਐਕਸ਼ਨ ਹੋਣਾ ਚਾਹੀਦਾ। ਰਾਜਨੀਤੀ ਜ਼ਿਆਦਾ ਹੋ ਰਹੀ ਹੈ? ਰਾਜਨੀਤੀ ਵੇਖੋ, ਕਤਲਾਂ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਬੈਠ ਕੇ ਧਿਆਨ ਦੇਣਾ ਚਾਹੀਦਾ। ਰਾਜਨੀਤੀ ਕਰਨਾ, ਮੇਰਾ ਖਿਆਲ ਹੈ ਕਿ ਜਿਹੜੇ ਪਰਿਵਾਰ ਦਾ ਜੀ ਚਲਾ ਜਾਂਦਾ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਦਾ ਨੌਜਵਾਨ ਪੁੱਤ ਜਦੋਂ ਜਾਂਦਾ ਅਤੇ ਉਹਦੇ 'ਤੇ ਰਾਜਨੀਤੀ ਕਰੀਏ ਤਾਂ ਸ਼ਰਮ ਵਾਲੀ ਗੱਲ। ਜੋ ਇਲੈਕਸ਼ਨਾਂ ਲੱਗੇ ਆ ਰਹੀਆਂ, ਸਟੈਂਟ ਜ਼ਿਆਦਾ ਹੋ ਰਹੇ ਨੇ, ਇਲੈਕਸ਼ਨ ਲੈ ਕੇ ਬਿਜਲੀ ਨੂੰ ਲੈ ਕੇ ਜ਼ਿਆਦਾ ਵਿਵਾਦ ਕੀਤਾ ਜਾ ਰਿਹਾ। ਦੇਖੋ, ਹੁਣ ਮੈਨੂੰ ਤਾਂ ਇੱਕ ਸਮਝ ਨਹੀਂ ਆਉਂਦੀ, ਸਾਰੀਆਂ ਪਾਰਟੀਆਂ ਸੁਣੇ ਸਾਡੀ ਪਾਰਟੀ ਬਿਜਲੀ ਦੀ ਪੈ ਗਈ, ਪਰ ਲੋਕ ਬੜੇ ਸਿਆਣੇ ਨੇ, ਲੋਕ ਬਿਜਲੀ ਬਾਰੇ ਸੋਚਣਗੇ ਵੀ ਅਤੇ ਜਵਾਬ ਵੀ ਦੇਣਗੇ। ਸਾਨੂੰ ਬਿਨਾਂ ਸਿਰ ਪੈਰ ਤੋਂ ਪੋਲੀਟੀਕਲ ਬੰਦਿਆਂ ਨੂੰ ਜੇ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਬਿਜਲੀ ਤਾਂ ਅਸੀਂ ਸਸਤੀ ਕਰਨੀ ਆ ਜਾਂ ਮਹਿੰਗੀ ਕਰਨੀ, ਇਹ ਬਿਆਨਾਂ ਨਾਲ ਨਹੀਂ ਹੁੰਦੀ, ਇਹ ਕੰਮ ਕਰਨ ਨਾਲ ਹੁੰਦੀ। ਕੇਜਰੀਵਾਲ ਦਾ ਕਹਿਣਾ, ਜਦੋਂ ਮੈਂ ਬਿਜਲੀ ਦਾ ਮੁੱਦਾ ਚੁੱਕਿਆ, ਕੇਜਰੀਵਾਲ ਦੇ ਖੰਭੇ ਦੇ ਵੀ ਚੜ੍ਹ ਗਏ, ਉਹਦੀ ਕੋਈ ਗੱਲ ਨਹੀਂ, ਉਹਦਾ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ। ਉਹਦੇ ਖੰਭੇ 'ਤੇ ਵੀ ਚੜ੍ਹ ਕੇ ਕਹਿ ਦੂਗੇ ਕਿ ਮੈਂ ਖੰਭੇ 'ਤੇ ਚੜ੍ਹ ਜਾ, ਵੇਖਿਆ ਨਹੀਂ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਖੰਭਿਆਂ 'ਤੇ ਚੜ੍ਹਿਆ ਸੀ? ਉਹਦੇ 'ਤੇ ਜਾ ਕੇ ਇੰਡਸਟਰੀ ਦਾ ਵੀ ਦੇਖੋ ਕਿ ਕਿੰਨੀ ਬਿਜਲੀ ਕੀ ਰੇਟ ਆ, ਉੱਥੇ ਜਾ ਕੇ ਤੁਸੀਂ ਇੰਟਰਵਿਊ ਇੰਡਸਟਰੀਲਿਸਟਾਂ ਦੇ ਘਰਾਂ ਦੀ ਬਿਜਲੀ ਜਿਹੜੀ ਏ ਸੀ ਲੱਗੇ ਨੇ ਇਹਨਾਂ ਚੀਜ਼ਾਂ ਦੀ, ਇਹ ਪੰਜਾਬ ਗਵਰਨਮੈਂਟ ਨੂੰ ਸਾਰਿਆਂ ਨੂੰ ਧਿਆਨ 'ਚ ਰੱਖਣਾ ਪਵੇਗਾ। 3 ਰੁਪਏ ਬਿਜਲੀ ਜੇ ਕਰਨੀ ਆ ਤਾਂ ਸਾਨੂੰ ਬਿਕਰਮ ਜਿੱਥੇ ਉਹਨਾਂ ਦੇ ਟਾਈਮ 'ਤੇ ਜਿਹੜੇ ਸੋਲਰ ਪਲਾਂਟ ਜਿਹੜੇ ਲੱਗੇ ਸੀ ਉਹਨਾਂ ਦੀ ਸਮੀਖਿਆ ਕਰਨੀ ਪਵੇਗੀ ਕਿ 15-15-16 ਰੁਪਏ ਯੂਨਿਟ ਕਿਉਂ ਉਸ ਟਾਈਮ ਦਿੱਤੇ ਗਏ, ਉਹਦਾ ਵੀ ਸਾਨੂੰ ਧਿਆਨ ਕਰਨਾ ਪਵੇਗਾ। ਉਹ ਵੀ ਐਗਰੀਮੈਂਟ ਦੇਖਣੇ ਪੈਣਗੇ। ਉਹਦੇ ਬਾਅਦ ਜਿਹੜੇ ਉਹ ਰੌਲੀ ਪਾਉਂਦੇ ਨੇ ਉਹਨਾਂ, ਮੈਂ ਦੱਸਣਾ ਚਾਹੁੰਦਾ ਕਿ ਆਪਣੀ ਪੀੜ੍ਹੀ ਥੱਲੇ ਸੁੱਟਾ ਫੇਰੋ, ਜਦੋਂ ਝਗਾ ਚੁੱਕੋਗੇ ਤਾਂ ਉਹਨਾਂ 'ਤੇ ਢਿੱਡ ਨੰਗਾ ਹੋਣਾ ਕਿ ਵਾਕਿਆ ਇਹਦੇ 'ਚ ਅੱਜ ਤੱਕ ਜੋ ਹੈਗੀ ਆ, ਮੈਂ ਤੁਸੀਂ ਦੇਖਿਆ ਵੀ ਆ, ਮੈਨੂੰ ਸੀ ਐੱਮ ਸਾਹਿਬ ਦੀ ਵੀ ਕਈ ਵਾਰ ਨਾਰਾਜ਼ਗੀ ਬਹੁਤ ਜ਼ਿਆਦਾ ਝੱਲਣੀ ਪੈਂਦੀ ਆ। ਮੈਂ ਉਹਨਾਂ ਦੀ ਰਿਸਪੈਕਟ ਵੀ ਬੜੀ ਕਰਦਾ, ਮੈਂ ਉਹਨਾਂ ਦੇ ਬੱਚਿਆਂ ਵਰਗਾ ਵੀ ਹਾਂ, ਪਰ ਉਹ ਜਦੋਂ ਮੈਂ ਬੋਲ ਪੈਂਦਾ ਤਾਂ ਮੈਨੂੰ ਕਹਿੰਦੇ ਤੂੰ ਵੱਧ ਬੋਲ ਗਿਆ। ਅਤੇ ਜਦੋਂ ਤੁਸੀਂ ਚੈਨਲ ਵਾਲੇ ਖੜ੍ਹੇ ਹੋ ਕੇ ਪੁੱਛਦੇ ਹੋ ਤਾਂ ਬੋਲਾਂਗੇ ਨਾ, ਤਾਂ ਜਵਾਬ ਕਿਹਨੂੰ ਦੇਵਾਂਗੇ? ਲੋਕ ਕਹਿੰਦੇ ਨੇ ਕਿ ਜਿਹੜੇ ਬਿਜਲੀ ਪ੍ਰੋਜੈਕਟ ਐਗਰੀਮੈਂਟ ਹੋਏ ਸੀ, ਤੁਸੀਂ ਕਿਹਾ ਸੀ ਕਿ ਇਹਨਾਂ ਦਾ ਅਸੀਂ ਸਮੀਖਿਆ ਕਰਾਂਗੇ, ਵਾਈਟ ਪੇਪਰ ਲੈ ਕੇ ਆਵਾਂਗੇ। ਇਹ ਸਾਡੇ ਕੋਲ ਲੋਕ ਪੁੱਛਦੇ ਨੇ ਕਿ 5 ਮਹੀਨੇ ਰਹਿ ਗਏ, ਲੈ ਕੇ ਕੀ ਆਓਗੇ, ਕੀ ਕਰੋਗੇ ਇਹਦੇ ਬਾਰੇ? ਕੈਪਟਨ ਸਾਹਿਬ ਦੀ ਛਵੀ ਬਚਾਉਣ ਵਾਸਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਜੀ। ਕਿਹਨੂੰ? ਕੈਪਟਨ ਸਿੰਘ ਦੀ ਛਵੀ ਬਚਾਉਣੀ, ਕਿਉਂਕਿ ਉਹਨੇ ਗੁਟਕਾ ਸਾਹਿਬ ਫੜ ਕੇ ਕਈ ਵਾਰ ਕੀਤੇ ਸੀ। ਗੱਲ ਸੁਣੋ, ਪ੍ਰਧਾਨ ਹਮੇਸ਼ਾ ਹੀ ਬਦਲਦੇ ਹੁੰਦੇ ਆ, ਜਾਖੜ ਸਾਹਿਬ ਵੀ ਬਦਲੇ ਸੀ, ਮਿਸਿੰਗ ਪਟੜ ਵੀ ਬਦਲੀ, ਪ੍ਰਤਾਪ ਸਿੰਘ ਬਾਜਵਾ ਵੀ ਇਲੈਕਸ਼ਨ ਤੋਂ ਪਹਿਲਾਂ ਬਦਲ ਗਿਆ। 2022 ਦੀ ਤਿਆਰੀ ਕੀ ਰਹਿ ਗਈ? ਪੂਰੀ ਤਿਆਰੀ ਸਾਡੀ ਹੈ ਜੀ।